नमस्कार आदाब सत आप सभी को राधा स्वामी किसी ने बड़ी बात कही है जब माँ छोड़कर जाती है तब दुनिया में कोई कोई दुआ देने देने वाला वाला नहीं नहीं होता होता जब पिता छोड़कर जाता है है तब हौसला दम तोड़ देती माँ बाप की ममता जब बच्चे कहते हैं कि तुमने किया ही क्या हमारे लिए अगर आपकी जिंदगी में भी कभी ऐसा हुआ हो तो देखे आज के सवाल के वीडियो के कुछ महत्वपूर्ण अंश क्या पता आपको भी आपका उत्तर मिल जाए ਸੰਤੋਖ ਨਹੀਂ ਹੈ ਇਹਨਾਂ ਦੇ ਅੰਦਰ। ਬਾਬਾ ਜੀ ਇਹਨਾਂ ਨੂੰ ਬੈਲੈਂਸ ਕਰਨ ਵਾਸਤੇ ਅਸੀਂ ਕੀ ਉਪਰਾਲਾ ਕਰੀਏ ਕਿ ਇਹਨਾਂ ਬੱਚਿਆਂ ਨੂੰ ਸਮਝਾਈਏ ਕਿ ਇਹਨਾਂ ਨੂੰ ਬੈਲੈਂਸ ਕਰਕੇ ਰੱਖਣ। ਬੱਚਾ ਸਭ ਤੋਂ ਜ਼ਿਆਦਾ ਤਾਂ ਮਾਪੇ ਨੂੰ ਵਕਤ ਦੇਣ ਦੀ ਲੋੜ ਹੈ ਬੱਚਿਆਂ ਨੂੰ ਬੇਟਾ। ਜਿੰਨਾ ਚਿਰ ਆਪਾਂ ਵਕਤ ਨਹੀਂ ਦਿੰਦੇ ਹੁਣ ਘਰ 'ਚ ਉਹੀ ਬੱਚਾ ਹੈਗਾ ਜਿਹੜਾ ਸਹੀ ਵੀ ਕਰਦਾ ਹੈ ਉਹੀ ਹੈ ਜਿਹੜਾ ਦੂਜਾ ਹੈਗਾ ਜਿੰਨਾ ਚਿਰ ਮਾਪੇ ਬਹਿ ਕੇ ਗੱਲ ਨਹੀਂ ਕਰਨਗੇ ਪ੍ਰੋਬਲਮਸ ਉਹਨਾਂ ਦੀਆਂ ਹੱਲ ਨਹੀਂ ਕਰਨਗੇ। ਇਹ ਬੱਚੇ ਨੇ ਆਪ ਹੀ ਸੋਲਵ ਕਰਨੀ ਹੈ ਤਾਂ ਫਿਰ ਤੋਂ ਪੁੱਠੇ ਪਾਸੇ ਪਊਗਾ ਬੇਟਾ ਸੋ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਹੈ ਬੇਟਾ ਜਿੱਥੇ ਕਮਿਊਨੀਕੇਸ਼ਨ ਹੈ ਨਾ ਉੱਥੇ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਜਿੱਥੇ ਕਮਿਊਨੀਕੇਸ਼ਨ ਖਤਮ ਹੁੰਦਾ ਹੈ ਉੱਥੋਂ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਬੇਟਾ ਔਰ ਸਕੂਲਾਂ ਵਿੱਚ ਤਾਂ ਜ਼ਿਆਦਾ ਤੌਰ ਹੁਣ ਤੁਸੀਂ ਜਦੋਂ ਬੱਚਿਆਂ ਨੂੰ ਟੀਚ ਕਰਦੇ ਹੋ ਇਹੀ ਦੇਖਦੇ ਹੋਵੋਗੇ ਕਿ ਜੇ ਜਿੱਥੇ ਮਾਪੇ ਧਿਆਨ ਨਹੀਂ ਦਿੰਦੇ ਉਹ ਬੱਚਾ ਵਿਗੜ ਰਿਹਾ ਹੈ ਜੇ ਤੇ ਮਾਪੇ ਇਨਵੋਲਡ ਹੈ ਉਹਦੀ ਜ਼ਿੰਦਗੀ ਵਿੱਚ ਉੱਥੇ ਨਹੀਂ ਬੱਚਾ ਵਿਗੜਦਾ ਜੀ ਮੈਂ ਬਾਬਾ ਜੀ ਬਾਬਾ ਜੀ ਬੱਚਿਆਂ ਦੇ ਵਿੱਚ ਸਵੈ ਅਨੁਸ਼ਾਸਨ ਦੀ ਭਾਵਨਾ ਕਿਦਾਂ ਪੈਦਾ ਕੀਤੀ ਜਾ ਸਕਦੀ ਹੈ ਜੀ ਨਹੀਂ ਬੇਟਾ ਆਪਾਂ ਦੇਖੋ ਇਹ ਤਾਂ ਹਰੇਕ ਦੇ ਉੱਤੇ ਨਿਰਭਰ ਹੈਗਾ ਤੁਸੀਂ ਕਿਸੇ ਹੱਦ ਤੱਕ ਉਹਨਾਂ ਨੂੰ ਦੱਸ ਸਕਦੇ ਹੋ ਸਮਝਾ ਸਕਦੇ ਹੋ ਉਸ ਤੋਂ ਅੱਗੇ ਤਾਂ ਉਹਨੇ ਖੁਦ ਪੈਦਾ ਕਰਨੀ ਹੈ ਨਾ ਹੁਣ ਆਪਾਂ ਤਾਂ ਬੱਚੇ ਨੂੰ ਬੇਟਾ ਅਕਲ ਨਹੀਂ ਪਾ ਸਕਦੇ ਉਹਦੇ ਵਿੱਚ ਆਪਾਂ ਤਾਂ ਜੋ ਵੀ ਮਾਲਕ ਨੇ ਦਿੱਤਾ ਉਹਨੂੰ ਤਰਾਸ਼ ਕੇ ਅੱਗੇ ਲਿਆ ਸਕਦੇ। ਸਕੂਲ 'ਚ ਇਹ ਮਤਲਬ ਨਹੀਂ ਕਿ ਉਹਨਾਂ ਨੇ ਕੋਈ ਸਗਾ ਸਗਾ ਕੇ ਅਕਲ ਬੱਚੇ ਦੇ ਵਿੱਚ ਪਾ ਦੇਣੀ ਹੈ ਬੇਟਾ। ਮਾਹੌਲ ਇਹੋ ਜਿਹਾ ਚੰਗਾ ਹੋਣਾ ਚਾਹੀਦਾ ਹੈ ਕਿ ਉਹਦਾ ਵਿਸ਼ਵਾਸ ਬਣੇ ਬੇਟਾ। ਉਹ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਸਕੇ। ਔਰ ਜ਼ਿੰਦਗੀ ਦਾ ਸਾਹਮਣਾ ਕਰ ਸਕੇ। ਜੀ। ਬਾਬਾ ਜੀ ਕਹਾਂ ਜਾਂਦਾ ਹੈ ਕਿ ਮਾਤਾ ਪਿਤਾ ਦੀ ਸੇਵਾ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਉਹਦੇ ਨਾਲ ਬੜਾ ਪੁੰਨ ਮਿਲਦਾ ਹੈ। ਅਸਲ ਮਾਂ-ਬਾਪ ਦੀ ਸੇਵਾ ਹੀ ਹੈ। ਪਰ ਬਾਬਾ ਜੀ ਕਈ ਵਾਰੀ ਹਾਲਾਤ ਐਸੇ ਹੁੰਦੇ ਹਨ ਕਿ ਆਪਣੀ ਨੌਕਰੀ ਤੇ ਹੋਣ ਕਰਕੇ ਮਾਪੇ ਨੂੰ ਧਿਆਨ ਨਹੀਂ ਦੇ ਸਕਦੇ ਉਹ ਬਿਮਾਰ ਹਨ ਤੇ ਇਸ ਸਮੇਂ ਮਨ ਦੁਖੀ ਹੁੰਦਾ ਹੈ ਕੀ ਕਰਨਾ ਚਾਹੀਦਾ ਹੈ ਕਿ ਬੇਟਾ ਜਿੰਨਾ ਜਿੰਨਾ ਕਰ ਸਕਦੇ ਹੋ ਉਹਨਾਂ ਤਾਂ ਕਰੀਏ ਬੇਟਾ ਮਾਪੇ ਨੂੰ ਵੀ ਥੋੜੀ ਖੁਸ਼ੀ ਚਾਹੀਦੀ ਹੈਗੀ ਹੈ ਉਹਨਾਂ ਦਾ ਦੁੱਖ ਸੁੱਖ ਵੀ ਤੁਹਾਡੇ ਨਾਲ ਹੀ ਜੁੜਿਆ ਹੋਇਆ ਹੈ ਸੋ ਜਿੰਨਾ ਆਪਾਂ ਕਰ ਸਕਦੇ ਆ ਝੂਠੇ ਨਹੀਂ ਪੈਣਾ ਆਪਾਂ ਜੀ ਝੂਠੀ ਤਸੱਲੀ ਵਿੱਚ ਨਾ ਆਪਾਂ ਬਹਿ ਜਾਈਏ ਸੋ ਜਿੰਨਾ ਤੁਸੀਂ ਕਰ ਸਕਦੇ ਹੋ ਉਹਨਾਂ ਕਰੋ ਠੀਕ ਹੈ ਬਾਬਾ ਜੀ ਸਤਿ ਸ੍ਰੀ ਅਕਾਲ बाबा जी आज के लिए इतना ही कल फिर हाजिर होंगे एक नए सवाल के साथ आज का वीडियो आपको कैसा लगा अपने विचार हमारे कमेंट बॉक्स में जरूर दीजिएगा राधा स्वामी सत्संग्यास से जुड़ी और अपडेट पाने के लिए हमारे चैनल को अभी सब्सक्राइब करें